ਦੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੀ ਜਨਤਾ ਨੇ ਉਹਨੂੰ ਫਤਵਾ ਦਿੱਤਾ ਉਹ ਕੋਈ ਵੀ ਫੈਸਲਾ ਲੈ ਸਕਦੇ ਨੇ ਅਸੀਂ ਉਹਨਾਂ ਦੇ ਹਰੇਕ ਫੈਸਲੇ ਦਾ ਸਤਿਕਾਰ ਕਰਦੇ ਆਂ ਪਰ ਅਸੀਂ ਉਹਨਾਂ ਨੂੰ ਬੇਨਤੀ ਇਹ ਕਰਦੇ ਆਂ ਕਿ ਜੋ ਤੁਸੀਂ ਪਹਿਲਾਂ ਫੈਸਲੇ ਲੈ ਕੇ ਅਨਾਉਂਸਮੈਂਟਾਂ ਕਰ ਚੁੱਕੇ ਹੋ ਇਸ ਤੋਂ ਪਹਿਲਾਂ ਕਿਰਪਾ ਕਰਕੇ ਉਹ ਅਨਾਉਂਸਮੈਂਟ ਲਾਗੂ ਕਰ ਦਿਓ ਚਾਹੇ ਉਹ ਪੁਰਾਣੀ ਪੈਨਸ਼ਨ ਦੀ ਹੋਵੇ ਚਾਹੇ ਤੁਸੀਂ 16 ਜੁਲਾਈ 2022 ਨੂੰ ਨਵੇਂ ਪਟਵਾਰੀਆਂ ਨੂੰ ਭਰਤੀ ਕਰਨ ਸਮੇਂ ਕਿਹਾ ਸੀ ਕਿ ਤੁਹਾਡੀ ਜਿਹੜੀ ਹੈਗੀ ਆ ਔਰ ਟ੍ਰੇਨਿੰਗ 1.5 ਸਾਲ ਤੋਂ ਘਟਾ ਕੇ 1 ਸਾਲ ਦੀ ਹਰ ਤੁਸੀਂ ਅੱਜ ਤੋਂ ਪੱਕੇ ਪਟਵਾਰੀ ਤੁਹਾਨੂੰ ਪੂਰੀ ਤਨਖਾਹ ਪਰ ਅੱਜ ਉਹ ਪਟਵਾਰੀਆਂ ਨੂੰ 5000 ਰੁਪਏ ਮਾਣ ਪੱਤਾ ਮਹੀਨੇ ਦਾ 167 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ ਜਿਹੜੇ ਬੱਚੇ 3 ਲੱਖ ਬੱਚੇ ਚੋਂ ਕੰਪੀਟੀਸ਼ਨ ਲੜ ਕੇ ਪਟਵਾਰੀ ਸਿਲੈਕਟ ਹੋਏ ਨੇ ਔਰ ਉਹਨਾਂ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਸੁਪਨੇ ਸੰਜੋਗ ਕੇ ਮੁੱਖ ਮੰਤਰੀ ਸਾਹਿਬ ਦੀ ਅਨਾਉਂਸਮੈਂਟਾਂ ਦੇ ਯਕੀਨ ਕਰਦੇ ਹੋਏ 1 ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਆ ਪਰ ਅੱਜ ਵੀ ਉਹਨਾਂ ਨੂੰ 167 ਰੁਪਏ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਇਹ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਕਿਉਂਕਿ ਸੋ ਸਾਡੀ ਪੈਂਡ ਆਉਣ ਦੀ ਗੱਲ ਆ ਜੀ ਪੈਂਡ ਆਉਣ ਦੀ ਗੱਲ ਬਿਲਕੁਲ ਕਲੀਅਰ ਆ ਅਸੀਂ 5 ਅਗਸਤ ਤੋਂ ਇਕੱਲੇ ਇਕੱਲੇ ਐਮਐਲਏ ਸਾਹਿਬਾਨ ਨੂੰ ਮੰਗ ਪੱਤਰ ਦੇ ਰਹੇ ਆ ਔਰ ਉਸ ਤੋਂ ਬਾਅਦ ਅਸੀਂ 18 ਅਗਸਤ ਤੱਕ ਦਾ ਸਰਕਾਰ ਨੂੰ ਟਾਈਮ ਦਿੱਤਾ 19 ਅਗਸਤ ਨੂੰ ਧੂਰੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਔਰ ਅਸੀਂ ਤੁਹਾਨੂੰ ਇੱਥੇ ਵੀ ਕਲੀਅਰ ਕਰਦੀ ਆ ਕਿ ਅਸੀਂ ਜੋ ਕੁਦਰਤੀ ਆਫਤ ਪੰਜਾਬ ਦੇ ਵਿੱਚ ਦੋ ਵਾਰ ਹੜ੍ਹਾਂ ਨੇ ਮਾਰ ਕਰਤੀ ਸਰਕਾਰ ਦੀਆਂ ਨਲਾਇਕੀਆਂ ਕਾਰਨ ਔਰ ਤੀਜੀ ਵਾਰ ਫੇਰ ਮਤਲਬ ਪੰਜਾਬ ਦੀ ਜਿਹੜੀ ਤਰਾਸ਼ਦੀ ਆ ਕਿ ਹਿਮਾਚਲ ਦੇ ਵਿੱਚ ਜੈਲੋ ਵਲਾਟਾ ਤੀਜੀ ਵਾਰ ਫੇਰ ਹੜਾ ਆਉਣ ਨੂੰ ਤਿਆਰ ਆ ਬੰਨ ਟੁੱਟ ਕੇ ਘੱਗਰ 42 ਥਾਂ ਤੋਂ ਟੁੱਟ ਗਿਆ ਉਹ ਕੁਦਰਤੀ ਆਫਤ ਦੇ ਵਿੱਚ ਅਸੀਂ ਬਿਲਕੁਲ ਅੱਜ ਵੀ 24 ਘੰਟੇ ਡਿਊਟੀ ਦੇ ਰਹੇ ਹਾਂ ਕੋਈ ਜਿਸੀਂ ਉਹ ਡਿਊਟੀ ਬੰਦ ਨਹੀਂ ਕੀਤੀ ਜਿਹਨੂੰ ਆਧਾਰ ਬਣਾ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਕਿਸਾਨਾਂ ਨੂੰ ਪਤਾ ਕਿ ਪਟਵਾਰੀ ਸਾਡੇ ਵਾਸਤੇ ਕੀ ਕਰਦੇ ਨੇ ਤੇ ਕਿੰਨੇ ਪਟਵਾਰੀ ਨੇ ਅੱਜ ਪੰਜਾਬ ਦੇ ਵਿੱਚ 12 ਜ਼ਿਲ੍ਹੇ ਹੁੰਦੇ ਸੀ ਕਿਸੇ ਟਾਈਮ 'ਚ 23 ਜ਼ਿਲ੍ਹੇ ਬਣ ਗਏ ਪਰ ਪਟਵਾਰੀ ਦੀ ਇੱਕ ਸਿੰਗਲ ਪੋਸਟ ਨਹੀਂ ਵਧਾਈ ਗਈ ਅੱਜ ਜੇ ਸਾਡੇ ਕੋਲ 47116 ਪੋਸਟਾਂ ਮੌਜੂਦ ਨੇ ਪਰ ਸਾਡੇ ਕੋਲ ਸਿਰਫ ਤੀਜਾ ਹਿੱਸਾ ਸਟਾਫ ਕੰਮ ਕਰ ਰਿਹਾ ਸਾਡੇ ਦਫ਼ਤਰਾਂ ਦੇ ਵਿੱਚ ਵੱਡੀ ਪੱਦਰ ਤੇ ਪ੍ਰਾਈਵੇਟ ਫੌਜਤਰੀ ਫਿਰਦੀ ਆ ਔਰ ਤਹਿਸੀਲਾਂ ਦੇ ਵਿੱਚ ਮਤਲਬ ਤੁਰੇ ਫਿਰਦੀ ਆ ਉਹ ਸਾਰੀਆਂ ਗੱਲਾਂ ਸੀਐਮ ਸਾਹਿਬ ਦੇ ਧਿਆਨ 'ਚ ਨਹੀਂ ਕਿਉਂਕਿ ਸਾਡੇ ਰੈਵਨਿਊ ਮਿਨਿਸਟਰ ਬ੍ਰਹਮਸ਼ੰਕਰ ਜਿੰਪਾ ਜੀ ਹੁਸ਼ਿਆਰਪੁਰ ਤੋਂ ਨੇ ਜਿੱਥੇ ਸਿਰਫ 10% ਸਟਾਫ ਆ ਦੁਆਬੇ ਦੇ ਵਿੱਚ ਜਿਵੇਂ ਜਿਵੇਂ ਗੱਲ ਕਰਦੇ ਆ ਕਿਉਂਕਿ ਜਿਹੜੀ ਸੀਐਮ ਦੇ ਬਿਆਨ ਹੋਣ ਤੋਂ ਬਾਅਦ ਤੁਸੀਂ ਵੀ ਉਹਦਾ ਜਿਹੜਾ ਮੀਟਿੰਗ ਰੱਖੀ ਗਈ ਸੀ ਤੁਹਾਡੇ ਨਾਲ ਸੀਐਮ ਸਾਹਿਬ ਦੀ ਕੀ ਅੱਜ ਉਹ ਮੀਟਿੰਗ ਹੋਣ ਜਾ ਰਹੀ ਹੈ ਪ੍ਰਿੰਸੀਪਲ ਸੈਕਟਰੀ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਸੀ ਜੋ ਪਹਿਲਾਂ 30 ਤਰੀਕ ਦੀ ਸੀਗੀ ਜੀ ਉਹ ਫਿਰ 31 ਦੀ ਕਰਤੀ ਔਰ ਉਹ ਮੈਨੂੰ ਪਤਾ ਲੱਗਿਆ ਦੇਰ ਰਾਤ ਕੱਲ ਉਹਨਾਂ ਨੇ ਉਹ ਕ ਹੋਗਾ ਕਿ ਮੁੱਖ ਮੰਤਰੀ ਸਾਹਿਬ ਦੇ ਨਵਾਸ ਤੇ ਮੀਟਿੰਗ ਰੱਖੀ ਹੋਵੇ ਉਹ ਮੀਟਿੰਗ ਤੋਂ ਪਹਿਲਾਂ ਹੀ ਉਹ ਇਹੋ ਜਿਹਾ ਬਿਆਨ ਦੇ ਦੇਣ ਜਿਹੜਾ ਕਿ ਬਹੁਤ ਮੰਦ ਭਗਾ ਮੀਟਿੰਗ ਦੇ ਵਿੱਚ ਤਾਂ ਵੱਡੇ ਵੱਡੇ ਮਸਲਿਆਂ ਦੇ ਹੱਲ ਹੋ ਜਾਂਦੇ ਨੇ ਜੀ ਕਿਸਾਨੀ ਸੰਘਰਸ਼ ਚੱਲਿਆ ਆਪਣਾ ਮੋਦੀ ਸਾਹਿਬ ਨਾਲ ਮੀਟਿੰਗਾਂ ਦਾ ਦੌਰ ਤਾਂ ਚੱਲਦਾ ਰਿਹਾ ਨਾ ਡੈਡਲੌਕ ਤਾਂ ਕਦੇ ਵੀ ਨਹੀਂ ਹੋਇਆ ਮੀਟਿੰਗ ਦੇ ਵਿੱਚ ਹੋਸਾ ਤਾਂ ਸਾਡਾ ਫੈਸਲਾ ਹੀ ਮਤਲਬ ਇਹਨਾਂ ਦੇ ਹੱਕ ਦੇ ਵੀ ਸਾਡੀ ਕੋਈ ਗੱਲ ਹੋ ਜਾਂਦੀ ਕਿਉਂਕਿ ਸਾਡਾ ਤਾਂ ਇਹ ਕੋਈ ਮਸਲੇ ਨਹੀਂ ਹੈਗਾ ਜੀ ਜਿੰਨੇ ਪੜਵਾਰੀ ਅਸੀਂ ਭਾਰਤੀਆਂ ਸਾਡਾ ਤਾਂ ਕੋਈ ਮਸਲੇ ਬਾਅਦ ਚ ਨਹੀਂ ਸਾਡਾ ਪਹਿਲਾ ਮਸਲਾ ਵੀ ਨਵੀਂ ਭਰਤੀ ਕਰੋ ਜੀ ਜਿੰਨੀਆਂ ਪੋਸਟਾਂ ਖਾਲੀ ਨੇ ਫੇਰ ਅੱਜ ਦੀ ਪਾਪੂਲੇਸ਼ਨ ਦੇ ਮਤਲਬ ਪੋਸਟਾਂ 'ਚ ਵਾਧਾ ਕਰੋ ਔਰ ਜਿਹੜੀ ਭਰਤੀ ਕਰਨੀ ਆ ਉਹ ਪੂਰੇ ਸਕੇਲਾਂ ਦੇ ਕਰੋ ਔਰ ਸਾਡੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਾਰੇ ਕੋ ਸਾਡੇ ਦਾ ਮਸਲੀ ਉਹ ਨੇ ਜਿਹੜੇ ਇਹਨਾਂ ਦੀ ਆਪਦੀ ਅਨਾਊਂਸਮੈਂਟਾਂ ਨੇ ਸੀਐਮ ਦੇ ਬਿਆਨ ਤੋਂ ਬਾਅਦ ਤੁਹਾਡੀ ਜਿਹੜੀ ਹੜਤਾਲ ਦਾ ਤੁਸੀਂ ਟਾਈਮ ਦਿੱਤਾ ਹੋਇਆ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਉਹ ਜਿਹੜੀ ਹੜਤਾਲ ਹੈ ਹੋਵੇਗੀ ਜਾਂ ਨਹੀਂ ਹੋਵੇਗੀ ਦੇਖੋ ਜੀ ਸਾਨੂੰ ਦੇਸ਼ ਦੇ ਸੰਵਿਧਾਨ ਦੇ ਉੱਪਰ ਪੂਰਾ ਮਾਣ ਆ ਬਹੁਤ ਸਾਡਾ ਖੂਬਸੂਰਤ ਸੰਵਿਧਾਨ ਆ ਡਾਕਟਰ ਬੀ ਆਰ ਅੰਬੇਦਕਰ ਨੇ ਲਿਖਿਆ ਸਾਨੂੰ ਸੰਵਿਧਾਨ ਪੂਰੀ ਆਗਿਆ ਦਿੰਦਾ ਆਪਦੀ ਗੱਲ ਰੱਖਣ ਦੀ ਅਸੀਂ ਸੰਵਿਧਾਨ ਦੇ ਦਾਇਰੇ ਚ ਰਹਿੰਦੇ ਹੋਏ ਜੋ ਸਾਡਾ ਪ੍ਰੋਗਰਾਮ ਐਲਾਨ ਕੀਤਾ ਹੋਇਆ ਪੂਰਾ ਸੰਵਿਧਾਨਿਕ ਆ ਸਾਰੇ ਹੀਲੇ ਵਸੀਲੇ ਵਰਤਣ ਦੇ ਬਾਅਦ ਉਹ ਫੈਸਲਾ ਲਿਆ ਗਿਆ ਉਹ ਬਿਲਕੁਲ ਬਰਕਰਾਰ ਰਹੂਗਾ ਫੈਸਲਾ ਸਾਡਾ ਔਰ ਉਹ ਫੈਸਲਾ ਹੋਰ ਤਿੱਖਾ ਹੋ ਸਕਦਾ ਕਿਉਂਕਿ ਮੈਂ ਸਮੁੱਚੀਆਂ ਮੁਲਾਜ਼ਮ ਇੱਥੇ ਬੰਦਿਆਂ ਨੂੰ ਅਪੀਲ ਕਰਦਾ ਕਿ ਅੱਜ ਤੁਸੀਂ ਕੀ ਸੋਚ ਰਹੇ ਹੋ ਆਪਾਂ ਨੇ ਬਹੁਤ ਕੁਝ ਸੋਚ ਕੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਫੈਸਲਾ ਜੇ ਕਿਤੇ ਲਾਗੂ ਹੋਇਆ ਤਾਂ ਮੈਨੂੰ ਦੱਸ ਦਿਓ ਨਹੀਂ ਮੇਰੀ ਸਾਰੀ ਮੁਲਾਜ਼ਮ ਜੱਥੇਬੰਦੀ ਨੂੰ ਬੇਨਤੀ ਆ ਕਿ ਅਸੀਂ ਅੱਗੇ ਲੱਗੇ ਆ ਸਾਡਾ ਸਾਥ ਦਿਓ ਸਾਡੀ ਲੜਾਈ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਵਾਸਤੇ ਆ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਸਾਡਾ ਸਾਥ ਦਿਓ ਧੰਨਵਾਦ ਦੀਨ ਦਦਾਰ ਸਿੰਘ ਸ਼ੋਕਰਾਂ ਜ਼ਿਲ੍ਹਾ ਪ੍ਰਧਾਨ ਮਰੇਕ ਕੋਲਾ ਹਰੇਬਲੂਪਾਰ ਯੂਨੀਅਨ ਤੇ ਦਦਾਰ ਸਿੰਘ ਸ਼ੋਕਰਾਂ ਜੀ ਮਤਲਬ ਕਿ ਸੀਐਮ ਦੇ ਬਿਆਨ ਤੋਂ ਬਾਅਦ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਟਵੀਟ ਕੀਤਾ ਉਹਨੂੰ ਕਿਵੇਂ ਸੋਚਦੇ ਹੋ ਪਹਿਲਾਂ ਤਾਂ ਮੈਂ ਟਵੀਟ ਹੀ ਦੇਖਿਆ ਸੀਗਾ ਤੇ ਮੈਂ ਫਿਰ ਵੀਡੀਓ ਦੇਖੀ ਕਾ ਰਾਤ ਦੇਰ ਰਾਤ ਹੀ ਦੇਖੀ ਉਹ ਵੀਡੀਓ ਦੇ ਵਿੱਚ ਤਾਲੀਆਂ ਵੱਜ ਰਹੀਆਂ ਨੇ ਪਤ ਨਹੀਂ ਕਿ ਪੈਲਸ ਦਾ ਕੋਈ ਹਾਲ ਹੋਣਾ ਉਹਦੇ ਵਿੱਚ ਸੀਐਮ ਸਾਹਿਬ ਬੈਠੇ ਨੇ ਸਟੇਟਮੈਂਟ ਦੇ ਰਹੇ ਨੇ ਕਿ ਵੀ 1.5 ਲੱਖ ਰੁਪਿਆ ਲੈ ਕੇ ਜਿਸ ਤੋਂ ਕੰਮ ਨਹੀਂ ਹੁੰਦਾ ਆ ਤੁਹਾਨੂੰ ਲਾਣਤਾ ਨੇ ਤੁਸੀਂ ਕਿਉਂ ਨਹੀਂ ਲੋਕਾਂ ਦਾ ਕੰਮ ਕਰਦੇ ਸੋਨੂੰ ਮਸਾ ਰੋਜ਼ਗਾਰ ਮਿਲਿਆ ਅਸੀਂ ਇਹ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਪਟਵਾਰੀ ਦੀ 1.5 ਲੱਖ ਰੁਪਏ ਤਨਖਾਹ ਨਹੀਂ ਹੈ ਪਟਵਾਰੀ ਸਾਦਾ 10-10 ਸੀਟਾਂ ਤੇ ਕੰਮ ਕਰਦਾ ਜਿਹੜਾ ਕਿ ਸਰਕਾਰ ਨੂੰ ਉਹ ਪੈਸਾ ਦਿੰਦਾ ਜਦੋਂ ਕਿ 60000 ਰੁਪਏ ਮੇਰੀ ਮੇਰੀ ਆਪ ਦੀ ਸੈਲਰੀ 60000 ਰੁਪਏ ਇਹ 1.5 ਲੱਖ ਰੁਪਏ ਮੈਂ 7 ਸੀਟਾਂ ਦਾ ਕੰਮ ਕਰਦਾ ਹਿਸਾਬ ਲਾ ਲਓ ਵੀ ਮੈਂ ਕਿੰਨਾ ਕੰਮ ਸਰਕਾਰ ਨੂੰ ਕਰਕੇ ਦਿੰਦਾ ਤੇ ਉਸ ਤੋਂ ਬਾਅਦ ਤਾੜੀਆਂ ਥੱਲੋਂ ਵੱਜਦੀਆਂ ਨੇ ਅਸੀਂ ਵੀ ਇਸ ਸਰਕਾਰ ਨੂੰ ਬੇਨਤੀ ਕਰਦੇ ਹਾਂ ਦੇਖੋ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਟੋਡਾ 1.5 ਸਾਲ ਦਾ ਸਮਾਂ ਨਿਕਲ ਗਿਆ ਬਾਕੀ ਮੁਰੇ ਆਉਣਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਆਉਣਾ ਉਹ ਤੁਹਾਨੂੰ ਨੂੰ ਪਤਾ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹੋ ਜੀ ਸਰਕਾਰ ਹੋਵੇ ਵੀ ਜਿਹਦੇ ਨਾਲ ਪਹਿਲਾਂ ਹੀ ਮੁਲਾਜ਼ਮ ਉਲਝ ਗਏ ਨਹੀਂ ਸਰਕਾਰ ਦੇ ਪਿਛਲੇ ਜਾਂਦੇ ਸਮੇਂ ਸਰਕਾਰ ਦੇ ਨਾਲ ਲੜਾਈ ਹੁੰਦੀ ਹੁੰਦੀ ਆ ਵੀ ਸਾਡੀਆਂ ਮੰਗਾਂ ਲਾਗੂ ਕਰਜੋ ਆਹ ਕਰਜੋ ਇਹ ਸਰਕਾਰ ਨਾਲ ਤਾਂ ਅਨੁਸਾਰ ਹੀ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਲਝਣੀਆਂ ਸ਼ੁਰੂ ਹੋ ਗਈਆਂ ਕਿਉਂ ਉਲਝਣੀਆਂ ਸ਼ੁਰੂ ਹੋ ਗਈਆਂ ਇਹਨਾਂ ਨੇ ਸਰਕਾਰ ਨੇ ਬਾਅਦ ਹੀ ਇਹੋ ਜੀ ਕੀਤੇ ਸੀ ਵੀ ਅਸੀਂ ਜਦੋਂ ਆ ਗਏ ਤੁਹਾਡੇ ਨਾਲ ਦੀ ਨਾਲ ਹੱਲ ਹੋਊਂ ਫਿਰ ਇਹਨਾਂ ਨੇ ਸਮਾਂ ਮੰਗਿਆ ਸੀ ਸਮਾਂ ਦੇਤਾ ਹੁਣ ਸਮੇਂ ਦੇ ਨਾਲ ਖੜੇ ਆ ਜਿਹੜਾ ਨਦਰਸਾਈ ਫਰਮਾਨ ਆਇਆ ਉਹ ਨਦਰਸਾਈ ਤੁਹਾਡੇ ਸਾਹਮਣੇ ਆ ਦੇਖੋ ਕਲਮਾਂ ਦੀ ਗੱਲ ਕਰਦੇ ਨੇ ਛੱਡਣ ਦੀਆਂ ਕਲਮਾਂ ਤਾਂ ਜੇਫਤੀ ਪਾਈਆਂ ਹੁੰਦੀਆਂ ਨੇ ਜਿਹੜਾ ਮਰਜੀ ਸੁਝਾ ਤੁਹਾਡੇ ਕੋਲੇ ਸਰਕਾਰ ਪੂਰੀ ਤਾਕਤ ਆ ਤੁਹਾਡੇ ਕੋਲ ਤੁਸੀਂ ਖੋਹ ਸਕਦੇ ਹੋ ਤੁਹਾਡੇ ਕੋਲ ਅਧਿਕਾਰ ਆ ਤੇ ਬਾਕੀ ਪਰਮਾਤਮਾ ਦੇਖੂਗਾ ਕਿ ਕਿਹਦੀ ਕਲਮ ਖੋਹੀ ਜਾਂਦੀ ਆ ਕਿਹਦੀ ਰੱਖੀ ਜਾਂਦੀ ਆ ਕੋਈ ਕਲਮ ਦੇ ਜੇ ਤੁਹਾਡੀ ਕਲਮ ਤੁਸੀਂ ਲੈਣਾ ਚਾਹੁੰਦੇ ਹੋ ਮੇਰੀ ਜਿਹੜੀ ਕਲਮਾਂ ਉਹ ਤਿਆਰ ਆ ਦੇਣ